ਤੁਸੀਂ ਦੇਖ ਰਹੇ ਹੋ ਦੇਨੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਅਕਸਰ ਹੀ ਲੁਧਿਆਣਾ ਦਾ ਸਿਵਲ ਹਸਪਤਾਲ ਜੰਗ ਦਾ ਮੈਦਾਨ ਬੰਦਾ ਤਾਂ ਅਕਸਰ ਹੀ ਮੀਡੀਆ ਲਈ ਸੁਰੱਖੀ ਬੰਦਾ ਦਦਾ ਆਏ ਦਿਨ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਖਾਸ ਕਰਕੇ ਰਾਤੀ 8 ਵਜੇ ਤੋਂ ਬਾਅਦ ਆਏ ਦਿਨ ਇਹ ਸਿਵਲ ਹਸਪਤਾਲ ਦਾ ਅਮਰਜੈਂਸੀ ਵਾਰਡ ਜਿਹੜਾ ਜੰਗ ਦਾ ਅਖਾੜਾ ਬੰਦਾ ਤਸਵੀਰਾਂ ਦਿਖਾਵਾਂਗੇ ਇਹ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਇਹ ਉਹ ਜਗਾ ਅਮਰਜੈਂਸੀ ਵਾਰਡ ਜਿੱਥੇ ਕੋਈ ਵੀ ਜਿਹੜਾ ਕੇਸ ਆਂਦਾ ਰਾਤ ਜਾਂ ਦਿਨੇ ਤਾਂ ਅਮਿਸ਼ਾ ਪਹਿਲਾਂ ਸਭ ਤੋਂ ਵੱਲ ਕੇ ਇੱਥੇ ਆਂਦਾ ਤਾ ਕੱਲ ਦੇ ਰਾਤ तकरीबन ਪੋਨੇ 11 ਦਾ ਮਾਮਲਾ ਜਦੋਂ ਟਿੱਬਾ ਇਲਾਕੇ ਦੇ ਜਿਹੜੇ ਦੋ ਜਿਹੜੇ تیر ਹੁੰਦੇ ਆਪਸ ਵਿੱਚ ਲੜਦੇ ਤੇ ਜਿਹੜੇ ਜ਼ਖਮੀ ਹੁੰਦੇ ਤਾਂ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਆਉਂਦੇ ਆ ਜਦੋਂ ਦੋਨੇ ਪੱਖ ਆਪਸ ਦੇ ਵਿੱਚ ਜਿਹੜੋ ਆਪਣਾ ਮੈਡੀਕਲ ਕਰਵਾਣ ਦਿੱਤਾ ਇਸ ਦੌਰਾਨ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਫਿਰ ਤੂ ਤੂ ਮੈਂ ਹੋਂਦੀ ਜਿਸ ਤੋਂ ਬਾਅਦ ਦੋਵੇਂ تیرੇ تیر ਹੈਗੇ ਆ ਆਪਸ ਵਿੱਚ ਫਿਰ ਗੁੱਥਮ ਗੁੱਥਾ ਹੁੰਦੇ ਤੇ ਇਸ ਨਾਲ ਦੋਵੇਂ تیر ਇਸ ਕਦਰ ਪੜ ਜਾਂਦੇ ਕਿ ਇੱਕ ਦੂਜੇ ਦੇ ਉੱਪਰ ਇਟਾ ਪੱਥਰ ਉਹ ਵਰਸਾਨਾ ਸ਼ੁਰੂ ਕਰ ਦਿੰਦੇ ਆ ਸੋ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੇ ਦੂਸਰੇ ਧਿਰ ਦਾ ਇੱਕ ਪਗੜਾ ਹੁੰਦਾ ਸ਼ਖਸ ਉਸ ਦੇ ਮੱਥੇ ਦੇ ਉੱਪਰ ਪੱਥਰ ਲੱਗਦਾ ਜਿਸ ਦਾ ਉਸ ਨੂੰ ਗੰਭੀਰ ਹਾਲ ਦੇ ਵਿੱਚ ਨਜ਼ਦੀਕੀ ਸੀਐਮਸੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਰਾਇਆ ਜਾਂਦਾ ਹੈ ਤਾਂ ਸਾਰਾ ਇਹ ਮਾਮਲਾ ਨਦਾਸੀ ਲੋ ਜਾਂਦਾ ਦਾ ਸਿਵਲ ਹਸਪਤਾਲ ਜਿਹੜਾ ਆਇਦ ਦਿਨ ਜੰਗ ਦਾ ਮੈਦਾਨ ਬਣਿਆ ਦਾ ਅਕਸਰ ਹੀ ਦੇਖਿਆ ਜਾਂਦਾ ਸਿਵਲ ਹਸਪਤਾਲ ਦੇ ਵਿੱਚ ਰਾਤ ਦੇ ਦਿਨ ਰਾਤ ਦਾ ਮਾਮਲੇ ਹੁੰਦੇ ਆ ਉਦੋਂ ਹੀ ਜ਼ਿਆਦਾ ਇੱਥੇ ਲੜਾਈਆਂ ਹੁੰਦੀਆਂ ਤਾਂ ਪੁਲਿਸ ਚੌਕੀ ਬਿਸ਼ੱਕ ਇੱਥੇ ਬਣੀ ਹੋਈ ਆ ਲੇਕਿਨ ਨਫਰੀ ਨਾ ਹੋਣ ਕਾਰਨ ਇੱਥੇ ਜਿਹੜੇ ਲੋਕ ਐ ਫਿਰ ਆਪਸ ਦੇ ਵਿੱਚ ਜਦੋਂ ਆਪਸ ਵਿੱਚ ਝੜ ਜਾਂਦੇ ਰਿਹਾ ਕਿਤੇ ਆਕੇ ਇਸ ਵਕਤ ਲੁਜਾਨਾ ਦਾ ਸਿਵਲ ਹਸਪਤਾਲ ਪੁਲਿਸ ਦੀ ਨਫਰੀ ਨਾ ਹੋਣ ਕਰਕੇ ਆਇਦ ਦਿਨ ਜੰਗ ਦਾ ਮੈਦਾਨ ਬਣ ਜਾਂਦਾ ਤਾਂ ਇਹ ਸਾਰਾ ਮਾਮਲਾ ਤੁਸੀਂ ਸਾਫ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਦੋ ਤੇਰੇ ਆਪਸ ਵਿੱਚ ਝੜਦੇ ਤੇ ਇੱਕ ਦੂਜੇ ਦੇ ਉੱਪਰ ਇੱਟਾਂ ਪੱਥਰਾਂ ਨਾਲ ਆਪਸ ਦੇ ਇੱਕ ਦੂਜੇ ਦੇ ਉੱਪਰ ਹਮਲਾ ਕਰਦੇ ਆ ਕਹਿਣਾ ਦੇਖਣਾ ਹੁਣ ਇਹ ਹੋਵੇਗਾ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਆਇਦਿਨ ਜੰਗ ਦਾ ਮੈਦਾਨ ਬੰਦਾ ਰਾਤ ਵਲੇ ਤਾਂ ਇਸ ਵਿੱਚ ਰਾਤ ਦੀ ਨਫਰੀ ਨੂੰ ਵਧਾਨ ਵਾਸਤੇ ਕਿਸ ਤਰ੍ਹਾਂ ਦਾ ਪਹਿਲੂ ਜਾਂ ਕੋਈ ਨਵਾਂ ਉਪਰਾਲਾ ਕਰਦੇ ਹੈ ਖੈਰ ਇਹ ਤਾਂ ਸਮਾਂ ਦਾਤੂ ਹੈ ਲੇਕਿਨ ਕਿਨ ਕਿਤੇ ਆਕੇ ਲੁਧਿਆਣਾ ਦਾ ਸਿਵਲ ਹਸਪਤਾਲ ਆਇਦਿਨ ਰਾਤ ਨੂੰ ਯਾਨੀ ਕਿ 8 ਵਜੇ ਤੋਂ ਬਾਅਦ ਦੇਰ ਰਾਤ ਤੱਕ ਕਦੇ ਕਦੇ ਆਕੇ ਜੰਗ ਦਾ ਮੈਦਾਨ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਕੈਮਰਮੈਨ ਬੌਬੀਨਾ ਸੰਦੀਪ ਸ਼ਰਮਾ ਦੇਨੀ ਸ਼ਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦੇਨੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਅਕਸਰ ਹੀ ਲੁਧਿਆਣਾ ਦਾ ਸਿਵਲ ਹਸਪਤਾਲ ਜੰਗ ਦਾ ਮੈਦਾਨ ਬੰਦਾ ਤਾਂ ਅਕਸਰ ਹੀ ਮੀਡੀਆ ਲਈ ਸੁਰੱਖੀ ਬੰਦਾ ਦਦਾ ਆਏ ਦਿਨ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਖਾਸ ਕਰਕੇ ਰਾਤੀ 8 ਵਜੇ ਤੋਂ ਬਾਅਦ ਆਏ ਦਿਨ ਇਹ ਸਿਵਲ ਹਸਪਤਾਲ ਦਾ ਅਮਰਜੈਂਸੀ ਵਾਰਡ ਜਿਹੜਾ ਜੰਗ ਦਾ ਅਖਾੜਾ ਬੰਦਾ ਤਸਵੀਰਾਂ ਦਿਖਾਵਾਂਗੇ ਇਹ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਇਹ ਉਹ ਜਗਾ ਅਮਰਜੈਂਸੀ ਵਾਰਡ ਜਿੱਥੇ ਕੋਈ ਵੀ ਜਿਹੜਾ ਕੇਸ ਆਂਦਾ ਰਾਤ ਜਾਂ ਦਿਨੇ ਇਮੇਸ਼ਾ ਪਹਿਲਾਂ ਸਭ ਤੋਂ ਵੱਲ ਕੇ ਇੱਥੇ ਆਂਦਾ ਤਾਂ ਕੱਲ ਦੇ ਰਾਤ तकरीबन ਪੋਨੇ 11 ਦਾ ਮਾਮਲਾ ਜਦੋਂ ਟਿੱਬਾ ਇਲਾਕੇ ਦੇ ਜਿਹੜੇ ਦੋ ਜਿਹੜੇ تیر ਹੁੰਦੇ ਆਪਸ ਵਿੱਚ ਲੜਦੇ ਤੇ ਜਿਹੜੇ ਜ਼ਖਮੀ ਹੁੰਦੇ ਤਾਂ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਆਂਦੇ ਆ ਜਦੋਂ ਦੋਨੇ ਪੱਖ ਆਪਸ ਦੇ ਵਿੱਚ ਜਿਹੜੋ ਆਪਣਾ ਮੈਡੀਕਲ ਕਰਵਾਣ ਦਿੱਤਾ ਇਸ ਦੌਰਾਨ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਫਿਰ ਤੂ ਤੂ ਮੈਂ ਹੋਂਦੀ ਜਿਸ ਤੋਂ ਬਾਅਦ ਦੋਵੇਂ تیرੇ تیر ਹੈਗੇ ਆ ਆਪਸ ਵਿੱਚ ਫਿਰ ਗੁੱਥਮ ਗੁੱਥਾ ਹੁੰਦੇ ਤੇ ਇਸ ਨਾਲ ਦੋਵੇਂ تیر ਇਸ ਕਦਰ ਪੜ ਜਾਂਦੇ ਕਿ ਇੱਕ ਦੂਜੇ ਦੇ ਉੱਪਰ ਇੱਟਾ ਪੱਥਰ ਉਹ ਵਰਸਾਨਾ ਸ਼ੁਰੂ ਕਰ ਦਿੰਦੇ ਆ ਸੋ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਦੂਸਰੇ ਧਿਰ ਦਾ ਇੱਕ ਪਗੜਾ ਹੁੰਦਾ ਸ਼ਖਸ ਉਸਦੇ ਮੱਥੇ ਦੇ ਉੱਪਰ ਪੱਥਰ ਲੱਗਦਾ ਜਿਸ ਦਾ ਉਸ ਨੂੰ ਗੰਭੀਰ ਹਾਲ ਦੇ ਵਿੱਚ ਨਜ਼ਦੀਕੀ ਸੀਐਮਸੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਰਾਇਆ ਜਾਂਦਾ ਹੈ ਤਾਂ ਸਾਰਾ ਇਹ ਮਾਮਲਾ ਨਦਾਸੀ ਲੋ ਜਾਂਦਾ ਦਾ ਸਿਵਲ ਹਸਪਤਾਲ ਜਿਹੜਾ ਆਇਦ ਦਿਨ ਜੰਗ ਦਾ ਮੈਦਾਨ ਬਣਿਆ ਦਾ ਅਕਸਰ ਹੀ ਦੇਖਿਆ ਜਾਂਦਾ ਸਿਵਲ ਹਸਪਤਾਲ ਦੇ ਵਿੱਚ ਰਾਤ ਦੇ ਦਿਨ ਰਾਤ ਦਾ ਮਾਮਲੇ ਹੁੰਦੇ ਆ ਉਦੋਂ ਹੀ ਜ਼ਿਆਦਾ ਇੱਥੇ ਲੜਾਈਆਂ ਹੁੰਦੀਆਂ ਤਾਂ ਪੁਲਿਸ ਚੌਕੀ ਬਿਸ਼ੱਕ ਇੱਥੇ ਬਣੀ ਹੋਈ ਆ ਲੇਕਿਨ ਨਫਰੀ ਨਾ ਹੋਣ ਕਾਰਨ ਇੱਥੇ ਜਿਹੜੇ ਲੋਕ ਐ ਫਿਰ ਆਪਸ ਦੇ ਵਿੱਚ ਜਦੋਂ ਆਪਸ ਪਿੱਟ ਜਾਂਦੇ ਰਿਹਾ ਕਿਤੇ ਆ ਕੇ ਇਸ ਵਕਤ ਲੋਜਾਨਾ ਦਾ ਸਿਵਲ ਹਸਪਤਾਲ ਪੁਲਿਸ ਦੀ ਨਫਰੀ ਨਾ ਹੋਣ ਕਰਕੇ ਆਇਤ ਦਿਨ ਜੰਗ ਦਾ ਮੈਦਾਨ ਬਣਿਆ ਦਾ ਤਾਂ ਇਹ ਸਾਰਾ ਮਾਮਲਾ ਤੁਸੀਂ ਸਾਫ਼ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਦੋ ਤੇਰੇ ਆਪਸ ਵਿੱਚ ਪੜਦੇ ਤਾਂ ਇੱਕ ਦੂਜੇ ਦੇ ਉੱਪਰ ਇੱਟਾਂ ਪੱਥਰਾਂ ਨਾਲ ਆਪਸ ਦੇ ਇੱਕ ਦੂਜੇ ਦੇ ਉੱਪਰ ਹਮਲਾ ਕਰਦੇ ਆ। ਕਹਿ ਦੇਖਣਾ ਹੁਣ ਇਹ ਹੋਵੇਗਾ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਲੁਧਿਆਣਾ ਦੇ ਸਿਵਲ ਹਸਪਤਾਲ ਆਇਦின் ਜੰਗ ਦਾ ਮੈਦਾਨ ਬੰਦਾ ਰਾਤ ਵਲੇ ਤਾਂ ਇਸ ਵਿੱਚ ਰਾਤ ਦੀ ਨਫਰੀ ਨੂੰ ਵਧਾਨ ਵਾਸਤੇ ਕਿਸ ਤਰ੍ਹਾਂ ਦਾ ਪਹਿਲੂ ਜਾਂ ਕੋਈ ਨਵਾਂ ਉਪਰਾਲਾ ਕਰਦੇ ਹੈ ਖੈਰ ਇਹ ਤਾਂ ਸਮਾਂ ਦਾਤੂ ਹੈ ਲੇਕਿਨ ਕਿਨ ਕਿਤੇ ਆਕੇ ਲੁਧਿਆਣਾ ਦਾ ਸਿਵਲ ਹਸਪਤਾਲ ਆਇਦின் ਰਾਤ ਨੂੰ ਯਾਨੀ ਕਿ 8 ਵਜੇ ਤੋਂ ਬਾਅਦ ਦੇਰ ਰਾਤ ਤੱਕ ਕਦੇ ਕਦੇ ਆਕੇ ਜੰਗ ਦਾ ਮੈਦਾਨ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਕੈਮਰਮੈਨ ਬੌਬੀਨਾ ਸੰਦੀਪ ਸ਼ਰਮਾ ਦੇਨੀ ਸ਼ਰਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप